ਤੇ ਗੀਤ ਤਾਂ ਬੇਟਾ ਪਹਿਲਾਂ ਦੇ ਰਿਕਾਰਡਡ ਆ ਸਾਡੇ ਕੋਲੇ ਕਾਫੀ, ਜਿਹੜੇ ਤੁਹਾਨੂੰ ਦੱਸੇ ਵੀ ਕੰਪਲੀਟ ਗੀਤ ਉਹਦੇ ਪਏ ਨੇ। ਮੇਰੀ ਸਲਾਹ ਸੀ ਪਹਿਲਾਂ ਜਨਵਰੀ ਦੇ ਵਿੱਚ ਛੱਡਣ ਦੀ, ਪਰੰਤੂ ਸਿੱਧੂ ਨੂੰ ਪਿਆਰ ਕਰਨ ਵਾਲੇ ਕਹਿ ਰਹੇ ਸੀ ਬਾਪੂ ਬਹੁਤ ਆ ਲੇਟ ਹੋਈ ਜਾਂਦੇ ਆ, ਵਾਲਾ ਪਾ ਦਈਏ ਨਾ। ਉਹਨੂੰ ਸੀਗਾ ਵੀ ਦੀਵਾਲੀ ਦੇ ਉੱਤੇ ਕੁਛ ਨਾ ਕੁਛ ਆ ਜਾਣਾ ਚਾਹੀਦਾ। ਫਿਰ ਅਸੀਂ ਤਿਆਰੀ ਕੀਤੀ ਵੀ ਚਲੋ ਮਹੀਨਾ ਪਹਿਲਾਂ ਛੱਡ ਦਿੰਦੇ ਹਾਂ, ਜੇ ਜਵਾਕ ਵੱਧ ਕਹੀ ਜਾਂਦੇ ਨੇ ਤਾਂ ਅਸੀਂ ਫਿਰ ਕਰਕੇ ਤਿਆਰੀ ਫਟਾਫਟ ਦੀਵਾਲੀ 'ਤੇ 12 ਵਜੇ ਨੂੰ ਗਾਣਾ ਛੱਡਾਂਗੇ। ਤਾਂ ਉਮੀਦ ਕਰਦੇ ਹਾਂ ਦਰਸ਼ਕਾਂ ਦੀ ਬਹੁਤ ਖੂਬ ਮਨੋਰੰਜਨ ਕਰੂਗਾ ਅਤੇ ਪਸੰਦ ਵੀ ਆਊਗਾ ਸਭ ਜਿਸ ਨੂੰ। ਤਰ੍ਹਾਂ ਹਰ ਵੀਡੀਓ ਦੇ ਵਿੱਚ ਕਰੈਕਟਰ ਨਜ਼ਰ ਆਉਂਦਾ ਨਾਟਕਰਾਂ ਸਿੱਧੂ ਦਾ, ਤਾਂ ਇਸ ਵੀਡੀਓ ਦੇ ਵਿੱਚ ਵੀ ਆਏਗਾ ਨਾਟਕਰਾਂ ਦਾ ਨਾਟਕਰਾਂ ਟਰੈਕਟਰ ਹਰ ਇੱਕ ਵੀਡੀਓ ਦੇ ਵਿੱਚ ਗੀਤ ਦੇ ਵਿੱਚ ਦਿਖਾਈ ਦਿੰਦਾ ਸਿੱਧੂ ਦੇ ਜੀ, ਇਸ ਵੀਡੀਓ ਦੇ ਵਿੱਚ ਵੀ ਕੋਈ? ਬਿਲਕੁਲ, ਕਿਉਂਕਿ ਇਹ ਤਾਂ ਆਪਣਾ ਇੱਕ ਨਾਮ ਹੀ ਬਣ ਗਿਆ, ਪਹਿਚਾਣ ਹੀ ਬਣ ਚੁੱਕਿਆ ਆਪਣੀ ਸਿੱਧੂ ਦੀ। ਸਿੱਧੂ ਸ਼ੁਭਦੀਪ ਕਹਿ ਲਈਏ ਜਾਂ ਨਾਟਕਰਾਂ ਕਹਿ ਲਈਏ, ਉਹਦੇ 'ਚ ਕੋਈ ਹੁਣ ਅੰਤਰ ਜਿਹਾ ਨਹੀਂ ਲੱਗਦਾ, ਕਿਉਂਕਿ ਇੰਨੀ ਅਟੈਚਮੈਂਟ, ਇੰਨੀ ਲਗਾ, ਇੰਨਾ ਨੇੜਤਾ ਇਸ ਟੈਕਟਰ ਦੇ ਨਾਲ ਹੋ ਚੁੱਕੀ ਹੈ। ਤਾਂ ਹੋ ਇਸ ਦੇ ਵਿੱਚ ਵੀ, ਬਾਕੀ ਮੈਂ ਤੁਹਾਨੂੰ ਸਾਰਾ ਨਹੀਂ ਦੱਸ ਸਕਦਾ ਕਿਉਂਕਿ ਥੋੜ੍ਹਾ ਸਸਪੈਂਸ ਬਣਿਆ ਰਹੇ 2 ਦਿਨ ਲਈ। ਤਾਂ ਗਾਣਾ ਬਹੁਤ ਵਧੀਆ, ਤੁਹਾਡੇ ਸਾਰਿਆਂ ਨੇ ਪਸੰਦ ਆਊਗਾ। ਅੱਛਾ ਅੰਕਲ ਜੀ, ਜੇ ਗੱਲ ਕਰਦੇ ਸੋਸ਼ਲ ਮੀਡੀਆ ਦੀ, ਜਦੋਂ ਦਾ ਪੋਸਟਰ ਰਿਲੀਜ਼ ਕੀਤਾ ਗਾ ਉਦੋਂ ਦਾ ਟ੍ਰੈਂਡਿੰਗ 'ਚ ਚੱਲ ਰਿਹਾ ਪੋਸਟਰ ਹੀ ਇਕੱਲਾ, ਤੇ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਇਹ ਤਾਂ ਆਪਣਾ ਪੁਰਾਣਾ ਇਤਿਹਾਸ ਹੀ ਹੈ, ਤੇ ਬਿਲਬੋਰਡ ਤੇ ਵੀ ਕੱਪੜਾ ਵੱਜੀ ਜਾਂਦਾ, ਤੁਸੀਂ ਦੇਖੀ ਜਾਓਗੇ। ਤਾਂ ਇਹ ਤਾਂ ਕੁਦਰਤੀ ਗੱਲ ਹੈ, ਕਿਉਂਕਿ ਤੁਹਾਡੇ ਭਰਾ ਨੇ ਰੁਤਬਾ ਹੀ ਇਹੋ ਜਿਹਾ ਸਥਾਪਿਤ ਕਰ ਲਿਆ ਸੀਗਾ, ਤੇ ਲੋਕ ਪਿਆਰ ਹੀ ਇੰਨਾ ਕਰਦੇ ਆ ਬੱਚੇ ਨੂੰ, ਤਾਂ ਸਾਰੇ ਉਮੀਦ ਤੋਂ ਵੀ ਅੱਗੇ ਜਾਊਗਾ ਗਾਣਾ। ਪੋਸਟਰ 'ਚ ਲਿਖਿਆ ਗਿਆ ਜੀ ਰਾਹ ਛੱਡ ਦਿਓ ਤੇ ਅੱਗੇ ਖਤਰਾ ਹੈ, ਕੀ ਕਿਵੇਂ ਕਿਵੇਂ ਦੇਖਦੇ ਆ? ਪਿਆਰ ਕਰਨ ਵਾਲਿਆਂ ਦੇ ਵੱਖੋ ਵੱਖਰੇ ਨਾਮ ਦਿੱਤੇ ਹੋਏ ਨੇ, ਹੈ ਨਾ, ਰੁੱਕ ਪਰਸੇ ਕਰੀ ਨੇ, ਝੋਟਾ ਖੁੱਲ੍ਹ ਗਿਆ, ਕੋਈ ਕੁਛ ਕਹੀ ਜਾਂਦਾ, ਕੋਈ ਇਹ ਤਾਂ ਉਹਦਾ ਪਿਆਰ ਹੈ, ਕਿਉਂਕਿ ਪਤਾ ਹੈ ਵੀ ਉਹਨੇ ਫਿਰ ਹੋਰ ਕਿਸੇ ਦੀ ਦਾਲ ਗਲਦੀ ਨਹੀਂ, ਜਦੋਂ ਜੱਟ ਕੇ ਇੱਕ ਵਾਰੀ ਆ ਗਿਆ ਸਕਰੀਨ 'ਤੇ ਤਾਂ ਖੁਸ਼ੀ ਹੁੰਦੀ ਹੈ ਇਸ ਗੱਲ ਨੂੰ ਦੇਖ ਕੇ, ਸਕੂਨ ਮਿਲਦਾ ਕਾਫੀ। ਠੀਕ ਹੈ।